ਕਿਸੇ ਅਲਰਜੀ ਬਾਰੇ ਚੰਗੀ ਤਰ੍ਹਾਂ ਸਮਝ ਲੈਣਾ ਬਹੁਤ ਸੌਖਾ ਲਾਗ ਹੈ। ਇਹ 16 ਲੱਖ ਮਰੀਜ਼ਾਂ ਦੇ ਉੱਤੇ ਮਹਿਕਮੇ ਦੇ ਤਜਰਬੇ ਕੀਤੇ ਆ। 3500 ਮਰੀਜ਼ਾਂ ਦਾ ਰਿਕਾਰਡ ਮੇਰੇ ਕੋਲ ਹੈ ਜਿਹੜੇ ਮੈਥੋਂ ਠੀਕ ਹੋਏ, ਬਹੁਤ ਸੌਖਾ ਇਲਾਜ ਹੈ। ਉਹਨਾਂ ਵਿੱਚੋਂ ਫਿਰ ਗੱਲ ਉੱਥੇ ਆਈ ਜਾਂਦੀ ਹੈ ਕਿ 5 ਚੀਜ਼ਾਂ ਅੱਜ ਤੋਂ ਬਾਅਦ ਮੂੰਹ ਦੇ ਰਾਹੀਂ ਲਹੂ 'ਚ ਨਹੀਂ ਰਹਿਣ ਦੇਣੀਆਂ। ਬਹੁਤ ਸਾਰੇ ਨਵੇਂ ਬੰਦੇ ਆਏ, ਉਹਨਾਂ ਨੂੰ ਪਤਾ ਨਹੀਂ 5 ਕੀ ਬੰਦੇ ਨੇ। ਸ਼ੋਰਟਕੱਟ ਹੀ ਮੈਂ ਬੋਲੂੰਗਾ, ਫਿਰ ਉਹਦਾ ਇਲਾਜ ਵੀ ਦੱਸ ਦਿੰਦਾ। ਖੰਡ ਤੇ ਖੰਡ ਦੀ ਬਣੀ ਹੋਈ ਚੀਜ਼ ਘਰ 'ਚੋਂ ਕੱਢ ਦੇਵੋ, ਉਹਦੇ ਬਦਲ 'ਚ ਗੁੜ ਸ਼ੱਕਰ ਸਹਿਜ ਰੱਖੋ, 470 ਬਿਮਾਰੀਆਂ ਤੋਂ ਬਚ ਜਾਓਗੇ। ਤੇਲ ਘਿਓ 'ਚ ਜਿਹੜੀ ਚੀਜ਼ ਵੀ ਤੜਕਾ ਲਾ ਕੇ ਬਣਾਉਣੇ ਆ ਉਹ ਟੋਟਲੀ ਬੰਦ ਕਰ ਦਿਓ। ਪਾਣੀ 'ਚ ਸਾਰਾ ਕੁਝ ਇਕੱਠਾ ਖਿੱਚ ਲਓ, ਤੇਲ ਘਿਓ ਨਹੀਂ ਪਾਉਣਾ, ਅੱਗ ਮਚਾਓ, ਰਿਜਕੀ ਲਾ ਲਓ, ਸਬਜ਼ੀ ਤਿਆਰ ਹੈ ਖਾ ਲਓ, 1108 ਬਿਮਾਰੀਆਂ ਤੋਂ ਬਚ ਜਾਓਗੇ। ਕੋਲਡ ਡਰਿੰਕ ਅਤੇ ਡੱਬਾਬੰਦ ਜੂਸ ਬਿਲਕੁਲ ਨਹੀਂ ਪੀਣਾ, ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ। ਕਾਨੂੰਨ ਵੀ ਬਣ ਚੁੱਕਿਆ ਭਾਰਤ ਸਰਕਾਰ ਦੀ, ਪਾਰਲੀਮੈਂਟ ਦੇ ਵਿੱਚ ਕੋਲਡ ਡਰਿੰਕ ਅੰਦਰ ਨਹੀਂ ਜਾਂਦਾ। ਆਪਦੇ ਇਲਾਕੇ ਦੇ ਏਪੀ ਨੂੰ ਪੁੱਛ ਲਓ ਅਤੇ ਆਪਾਂ ਆਪਦੇ ਘਰਾਂ ਦੇ ਵਿੱਚੋਂ ਇਹ ਕੱਢ ਦੇਵੋ, ਦੇਰੀ ਬਹੁਤ ਹੈ। ਚੌਥੀ, ਨੌਨ ਵੈਜ, ਮੀਟ, ਅੰਡਾ, ਮੱਛੀ ਅਤੇ ਕਿਸੇ ਕਿਸਮ ਦਾ ਵੀ ਨਸ਼ਾ, ਇਹਨੂੰ ਟੋਟਲੀ ਅੱਜ ਤੋਂ ਹੀ ਬੰਦ ਕਰ ਦੇਵੋ। 45 ਕਿਸਮਾਂ ਦੇ ਨਸ਼ੇ ਮੁੰਡੇ ਅਤੇ ਕੁੜੀਆਂ ਪੰਜਾਬ 'ਚ ਕਰਦੇ ਆ, ਹੋ ਸਕਦਾ 46 ਹੋਣ, ਕਿਉਂਕਿ ਮੈਂ 21 ਦਿਨ ਦਾਖਲ ਕਰਕੇ ਨਸ਼ੇ ਛਡਾਉਣਾ। 76,000 ਦੇ ਨੇੜੇ ਤੇੜੇ ਮੁੰਡੇ ਕੁੜੀਆਂ ਨਸ਼ਾ ਛੱਡ ਚੁੱਕੇ ਆ, ਅਫਸਰ ਵੀ ਛੱਡ ਚੁੱਕੇ ਆ, DGP ਵਗੈਰਾ ਵੀ ਛੱਡ ਚੁੱਕੇ ਆ, IAS ਅਧਿਕਾਰੀ, ਜੱਜ, ਜਿੰਨੇ ਵੀ ਆ ਸਾਰਿਆਂ ਦਾ ਮੇਰੇ ਕੋਲ ਰਿਕਾਰਡ ਆ, ਸਾਰਿਆਂ ਦਾ ਰਿਸ਼ਤੇ ਜਿਹੜੇ ਛੱਡ ਕੇ ਗਏ ਅਤੇ ਆਹ ਵੀਰ ਨੇ ਪੁੱਛਣਾ ਹੈ ਸੀ ਕਿ ਮੈਂ ਨਸ਼ਾ ਛੱਡਣਾ। ਪਰ ਨਸ਼ਾ ਛੱਡਣ ਵਾਸਤੇ ਸਾਡੀਆਂ 5 ਸ਼ਰਤਾਂ ਹੁੰਦੀਆਂ, ਉਹਨਾਂ ਧਿਆਨ 'ਚ ਸਮਝ ਲਓ। ਜਿਸ ਕਿਸੇ ਨੇ ਵੀ ਨਸ਼ਾ ਛੱਡਣਾ ਹੈ, ਅਸੀਂ ਉਸੇ ਬੰਦੇ ਦਾ ਨਸ਼ਾ ਛਡਾਉਂਦੇ ਹਾਂ ਜਿਹੜਾ ਖੁਦ ਛੱਡਣਾ ਚਾਹੁੰਦਾ ਹੋਵੇ। ਇਹ ਨਾ ਹੋਵੇ ਕਿ ਨਸ਼ੇ ਵਾਲਾ ਨਸ਼ਾ ਛੱਡਣਾ ਹੀ ਚਾਹੁੰਦਾ, ਉਹ ਤੋਂ ਦੁਖੀ ਮਾਂ ਬਾਪ ਭੈਣ ਭਰਾ ਉੱਥੇ ਸਾਡੇ ਕੋਲ ਰਹਿਣ, ਅਸੀਂ ਮੁਦਾਖਲ ਨਹੀਂ ਕਰਦੇ। ਅਗਰ ਨਸ਼ਾ ਛੱਡਣ ਵਾਲਾ ਨਸ਼ਾ ਛੱਡਣਾ ਚਾਹੁੰਦਾ ਤਾਂ ਦੂਜੀ ਸਾਡੀ ਸ਼ਰਤ ਹੁੰਦੀ ਹੈ 21 ਦਿਨ ਅਸੀਂ ਦਾਖਲ ਕਰਨਾ ਹੈ। ਦਾਖਲ ਕਰਕੇ ਉਹਦਾ ਨਸ਼ਾ ਛੁਡਾਇਆ ਜਾਂਦਾ। ਕਿਸੇ ਨਸ਼ੇੜੀ ਦਾ ਅਸੀਂ ਤਲਾਸ਼ ਨਹੀਂ ਲੈਣੀ, ਕਿਸੇ ਨਸ਼ੇੜੀ ਦੀ ਮਾਰ ਕੁੱਟ ਨਹੀਂ ਕਰਨੀ, ਕਿਸੇ ਨਸ਼ੇੜੀ ਦਾ ਸੰਗਲ ਨਹੀਂ ਲਾਉਣਾ। ਜਿੱਥੇ ਮਰਜ਼ੀ ਜਾਵੇ, ਮਾੜੇ ਥਾਂ ਜਾਵੇ, ਚੰਗੇ ਥਾਂ ਜਾਵੇ, ਉਹਦੀ ਮਰਜ਼ੀ। ਪੂਰੇ ਪਿਆਰ ਮੁਹੱਬਤ ਨਾਲ ਉਹਦਾ ਨਸ਼ਾ ਛੁਡਾਇਆ ਜਾਂਦਾ। ਉਹ ਇਕੱਲਾ ਰਹਿਣਾ ਚਾਹੁੰਦਾ, ਇਕੱਲਾ ਰਹਿ ਲਈ, ਪਰਿਵਾਰ 'ਚ ਕੋਈ ਨਾ ਰਹਿਣਾ ਚਾਹੁੰਦਾ ਉਹ ਰਹਿ ਲਈ। ਜਿਹੜਾ ਬੰਦਾ ਇਹ 2 ਸ਼ਰਤਾਂ ਮੰਨ ਲੈਂਦਾ, ਅਸੀਂ ਉਹਦੀ ਜਾਂਚ ਪੜਤਾਲ ਕਰਕੇ ਟੈਸਟ ਲਿਖ ਦਿੰਦੇ ਹਾਂ। ਟੈਸਟ ਮਰੀਜ਼ ਆਪਦੇ ਖਰਚੇ ਦੇ ਆਪਦੇ ਪਿੰਡ ਸ਼ਹਿਰ 'ਚੋਂ ਕਰਾ ਕੇ ਲਿਆਉਂਦਾ, ਅਸੀਂ ਟੈਸਟ ਕਰਦੇ ਨਹੀਂ ਹਾਂ। ਜੇ ਟੈਸਟਾਂ 'ਚ ਕੋਈ ਬਿਮਾਰੀ ਆ ਗਈ ਤਾਂ ਬਿਮਾਰੀ ਦੇ ਇਲਾਜ ਦਾ ਖਰਚਾ ਲੈ ਲਿਆ ਜਾਂਦਾ। ਅਗਰ ਟੈਸਟਾਂ 'ਚ ਕੋਈ ਬਿਮਾਰੀ ਨਹੀਂ ਤਾਂ 21 ਦਿਨ ਦਾ ਇਲਾਜ ਟੋਟਲੀ ਮੁਫਤ ਹੈ। ਚਾਹੇ ਰੋਟੀ ਟੁੱਕ, ਚਾਹ ਪਾਣੀ, ਜੋ ਕੁਛ ਹੈ ਉਹ ਅਸੀਂ ਫ੍ਰੀ ਦੇਣਾ। ਇਹ ਮੈਨੂੰ ਦੁਬਾਰਾ ਤਾਂ ਬੋਲਣਾ ਪਿਆ, ਵੀਰ ਨੇ ਮੇਰੇ ਤੋਂ ਨਸ਼ੇ ਬਾਰੇ ਪੁੱਛਿਆ ਸੀ। ਇਸ ਕਰਕੇ ਨਸ਼ੇ ਤੋਂ ਰਹਿਤ। ਚੌਥੀ ਗੱਲ ਜਿਹੜੀ ਅਖੀਰ ਦੀ ਸੀ ਉਹ ਬਹੁਤ ਔਖੀ ਸੀ, ਤੇ ਕਹੋ ਤਾਂ ਮੈਂ ਬੋਲ ਦੇਣਾ ਚਾਹ ਬਾਰੇ ਨੀ, ਕਾਹਨੂੰ ਲੋਕਾਂ ਦਾ ਸਵਾਦ ਖਰਾਬ ਕਰਨਾ। ਚਲੋ, ਕਿਸੇ ਵੀ ਬੰਦੇ ਨੂੰ ਮਰਦੇ ਦਮ ਤੱਕ ਚਾਹ ਨਹੀਂ ਪੀਣੀ ਚਾਹੀਦੀ। 365 ਬਿਮਾਰੀਆਂ ਚਾਹ ਨਾਲ ਲੱਗਦੀਆਂ ਹਨ। ਉਹ 365 ਬਿਮਾਰੀਆਂ ਚੋਂ ਪਹਿਲੇ ਨੰਬਰ ਦੀ ਜਿਹੜੀ ਬਿਮਾਰੀ ਹੈ ਉਹ ਦਿਮਾਗੀ ਹੈ, ਮਾਨਸਿਕ ਬਿਮਾਰੀ ਹੈ। ਮੇਰੇ ਸਮੇਤ ਜਿੰਨੇ ਵੀ ਇੱਥੇ ਖੜੇ ਹੈ, ਜਿਹੜਾ ਵੀ ਚਾਹ ਪੀਂਦਾ ਹੈ ਉਹ ਮਰਦੇ ਦਮ ਤੱਕ ਸ਼ਾਂਤ ਨਹੀਂ ਰਹੂਗਾ। ਆਪਦੇ ਮਨ ਦੀ ਬੇਚੈਨੀ ਨੂੰ ਬਾਹਰ ਪ੍ਰਗਟ ਹੋਣ ਦੇਵੋ ਚਾਹੇ ਨਾ ਹੋਣ ਦੇਵੋ। ਕਿੰਨੇ ਗੁਣੀ ਗਿਆਨੀ ਬਣ ਜਾਓ, ਕਿੰਨੇ ਦਾਨ ਪੁੰਨ ਕਰ ਲਓ, ਕਿੰਨੀ ਸਹਿਨਸ਼ੀਲਤਾ ਦਿਖਾ ਲਓ, ਅੰਦਰੇ ਅੰਦਰ ਮੱਚੇ, ਸੜੇ, ਗਲੇ, ਇਰੀਟੇਟ, ਅਨਸੈਟਿਸਫਾਈਡ ਭੁੱਖ ਵਾਲੇ ਰਹਿਣ। ਅੱਜ ਸਭ ਤੋਂ ਵੱਡੀ ਸਮੱਸਿਆ ਸਾਡੇ ਡਿਪਾਰਟਮੈਂਟ 'ਚ ਇਹ ਆ ਰਹੀ ਹੈ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਪਾਗਲ ਹੋਣ ਤੋਂ ਕਿਵੇਂ ਬਚਾਇਆ ਜਾਵੇ। ਅੱਜ ਇੱਕ ਮੁੰਡਾ ਚਾਹ ਪੀਂਦਾ, ਇੱਕ ਕੁੜੀ ਚਾਹ ਪੀਂਦੀ ਹੈ, ਦੋਨਾਂ ਦੀ ਸ਼ਾਦੀ ਹੋ ਜਾਂਦੀ ਹੈ, ਗ੍ਰਸਤ ਹੁੰਦਾ, ਬੱਚਾ ਠਹਿਰ ਜਾਂਦਾ, ਮਾਂ ਦੇ ਪੇਟ ਦੇ ਵਿੱਚ 5ਵੇਂ ਮਹੀਨੇ ਉਸ ਬੱਚੇ ਦੇ ਦਿਮਾਗ 'ਚ ਲੁਕਸ ਪੈਣਾ ਸ਼ੁਰੂ ਹੋ ਚੁੱਕਿਆ ਹੈ। ਅੱਜ ਤੁਹਾਡੇ ਬੱਚੇ ਆ, 35,000 ਦਾ ਟੈਸਟ ਹੈ, ਜਾ ਕੇ ਡਾਕਟਰ ਨੂੰ ਕਹੋ, ਦੱਸੋ ਚਾਹ ਦਾ ਅਸਰ ਸਾਡੇ ਇਸ ਬੱਚੇ 'ਤੇ ਹੈ ਕਿ ਨਹੀਂ, ਲਿਖ ਕੇ ਦੇਣਗੇ, ਤੁਹਾਡਾ ਬੱਚਾ ਪਾਗਲ ਹੈ।
ममता चापा अन्ने है, बच्चा माड़े से हसदा की तो पता ही नहीं लगता, तो जो माड़ी जी गल करते हैं बच्चा साढ़े आखी लगता इरी टीट है निका का जवाक है कर कुछ सकता नहीं, वो इच्छा से उल्ट करके देखो देखो किमें भांडे भांडा तोड़ता है। वो तो बचने वास्ते साड़ी कोशिश है महके में चाह न बंद कर दे। 127 कंट्रिया ने मते के हक च वोट पाई थी लेकिन वीटो पावर कुछ कंट्रिया होने करके चाह का यह मता पास नहीं होने दिता गया। इस करके सोनू यही सिक्ख्या दी है भी चाह न घरों कर देवो। शुरू के मैं दसिया भी जेडे बंदे कहते हैं भी क्यों बंद कराने, तो मैं सोनू कहा कि बंबे जाओ, कलकत्ते जाओ, मद्रास जाओ, गुजरात जाओ, उत्थे उन्होंने फैक्ट्रिया दौरा करो जिथे हर रोज 70,000 तो लैके 1,00,000 जानवर वढ़िया जाता है। 1,00,000 जानवर एक दिन वढ़िया जाता है तो महीनों साल कि खून कट्ठा हो जूगा। वो खून वे वे तलावों च भरया जाता है तो उन्होंने खरीदने वास्ते टैंक होंगे है, टैंकों की लैन लगी होंगी और वो टैंक चाह के व्यापारियों की है। चाह उतो लहू खरीद के चाह की पत्ती च पाया जाता, हम तुम देख लो ये अनेक नुकसान है। इस करके ही कहते चाह न घरों कढ दो, बदल कोसे पानी च नींबू से सहज पीओ, तो घट्टो घट खून जोड़ा गंदा बन रहा है उन्होंने आपकी मूँह की रसोई न ठीक कर दो। और पांच चीजा रोज खाने कहने, कच्चा सलाद ज्यादा खाओ, मूली, गाजर, सलगम, टमाटर, खीरा, धनिया, पालक, बाथू, करसान लगाते सारे खाते, आप नहीं खाते, ज्यादा तो ज्यादा खाओ। हरी सब्जी रोज खाओ, कोशिश करो ज्यादा खाओ, वरायटी खाओ, पड़ाण का तक सुन मेरा दस्या वै सारे सब्जी सलाद फ्रूट चाहे बेर ही हो रच के खाओ, जो भी मौके दे मिलते। रोटी खानी है उदा सिलका सिटो ना, उदा सिलके नू बिच रखना है क्योंकि 53% ताकत शाम चुंदी है जी आप सिट दिने, एक मरिया हुआ आटा खाने जी बीमारी लगती। वो दही लस्सी लंबा लेकिन पर सुन यही कहेंगे जो दुध पीना है तो रोटी छड़ दो, जो रोटी खानी है तो दुध छड़ दो, कट्ठे पानी कोसा पीना, रोटी तो अद्धा घंटा पहला या घंटा बाद। एक कॉमन लेक्चर है, अगर इस तरह करोगे सोडा गंदा खून अज तो बाद बनूगा नहीं, साफ खून बनूगा, चंगी चीजा खावोंगे सोडे शरीर दिन सारिया लोड़ा पूरिया होनगिया। बाकी तो सवाल जवाब दे चुके हैं, पर क्वेश्चन मेरा है जो वीर ने किया वीट अलार वीट एलर्जी कणक की एलर्जी, कणक की एलर्जी जिस किसी बंदे नूं भी हो जाती है असी कहने सारी उम्र कणक नेड़े ना लग जाए, अनेक बीमारियां लगती हैं खास तौर पर पेट दियां नाड़ां दियां, और लगातार ये हुंदा रहे तो 10-15 साल बाद सानू पेट दियां नाड़ां बढ़ के नकली प्लास्टिक दियां नाड़ां पाउणियां पैंदियां 16-17 साल बाद। तो उहदे वास्ते इक तां इही चीज़ जिहड़ी आ पंज दसी है, पहली गल तां इह बंद कर दिओ। दूसरी बात कणक है जिहड़ी इहनूं चंगी तरह धो लवो, इहनूं 12 घंटे कणक नूं पाणी च भिज्जी रहण दिओ। दूजे दिन ये भिजगी इहनूं खद्दर दे कपड़े च गिल्ले च पा के टंग दो, एक दिन उहनूं टंगी रहण दिओ। उस तों बाद इस नूं बीज दो, चाहे गमले च बीज दो, चाहे खेतां च मिट्टी च बीज दो, उपर उपर जो को आपां हल लगा बोने वो को नहीं बोनी, पहला बाह लो पत्थर कर लो थां, तां जां गमलिया च शहरां दे विच जगह नहीं हुंदी उहदे सिर दो उहदे उत्ते मिट्टी स्प्रे करो। ये 7 दिनां दे विच एडिटी हो जाती, उसका रस कटो नचोड़ के रोज पी लो, 8 गमले ले लो, हर रोज बीजनी है, 8वें दिन वढ़नी है, जोड़ा गमला खाली हो गया उस दोबारा बीज दो। किसान को गमला की लोड़ नहीं, जगह फालतू पई होंगी है, वो जी कणक के पत्ते होंगे उन्होंने चंगी तरह कट्टो, जड़ा वो सीट दो, जोड़ा वो उपरला मलबा है उन्होंने ग्राइंड करके वह रस पी लो। जो रस पी लिया तो घंटा पहला ना कुछ पीओ, घंटा मगरा ना पीओ, 90 दिन करने उस तो बाद कणक के परौंठे खाने लग जाओ, थोड़ी बॉडी ठीक हो जाएगी। बशर्त है कि खंड की बनी हुई चीज तड़के वाली चीजा जो दस है जी जहर का कारण है
एक पासे कणक उगा के खाई चलो दूजे बजे खंड मीट टंडा तड़का नशे चक्की जावा कुछ भी पल्ले नहीं पैना तो आखिरकार मजबूरी डॉक्टर ने नाल बढ़नी पेगी और इतों तक के भी असी किया तीन चार ऑपरेशन तो मैं जीवन च किए टट्टी वाला रस्ता बंद होंगे तो असं नकली टट्टी वाला रस्ता पाना पैंता जिंदगी का उतों की गंदगी करते हैं तो उन्होंने चीज़ों को बचण वास्ते आपकी घर की रसोई सुधार लवो जिन्ना हो सके ज्ञान है घरे बंडो भैन भरा प्यार रसोई च गंदगी बाहर कढ़ लो नींबू ते शहद मिला के पी लवो अद्धा नींबू तो घटे ना बस तो थोड़ी अपनी जीभ का स्वाद है जिन्ना मर्जी हां दो चमचे जरूरी है बस थोड़ी मर्जी है लेकिन पानी ज्यादा होवे दो होवे तीन होवे जिन्ना पानी ज्यादा पीवोंगे उन्ना जिहड़ी थोड़ी पेट की गंदगी जमी पई है उन्ना थोड़ी लैटिन वगैरह पतली बनूगी और गंदगी सौखी बाहर निकल जूगी दूजा जिन्ना पानी ज्यादा पीवोंगे उन्ना पेशाब ज्यादा बनूगा तो शरीर की गंदगी पेशाब के राह बाहर निकलूगी जिहड़ी अजकल गुर्दे खराब हो गए पथरियां हो गई पेशाब लग के आंदा पीत आंदी है नवासकी वर्ती पुत जाते हैं यह कारण है पानी की घाट से माड़िया खुराक चित्तड़ा का ज्यादा कम लैना सारा दिन चित्तड़ा से भार वर के बैठे रहो जो स्कूटर से बह जाओ कार से बह जाओ तुरना तो असं है ही नहीं तो तुरना तुम दस 365 ढंग तुरन के कॉमन ढंग सुन सारे दसता सी भी इस तरह तुरना सारे ने बाकी हरेक मरीज वास्ते अलग अलग ढंग दही जमान वास्ते बदाम सू दसा भी रात नू भिओ लो दूजे दिन उन्हें रगड़ो वो चटनी बन जो ओदे च पानी पा के होर मिक्सी हिला दो पूरा घुल जो वो थोड़ा दुध तैयार है ओदे विच जाग ला लो जी आम दही दे ला लो जी नींबू का भी ला सकते आप दही का ला लो वो दही जम जूगी दही खा लो ओदा पनीर बनाना पनीर खा लो थोड़ा आपका शौक है तो नहीं असं कहने कहू इन्ने चक्कर चाहे 12 घंटे प्यावो चप के खाओ नाले दंद मजबूत नाले समा बचता नाले खर्चे बचते है वो तो कहा दसा भी बंदे की नीत नहीं खड़ती हाए जे घ्यो ना खाधा तो मर जाएंगे जे प्रोटीन ना खाधी मर जाएंगे एक मुठ्ठी बदाम दे विच 16 किलो दुध के बराबर ताकत है हम देख लो 16 किलो दुध महंगा जा एक मुठ्ठी बदाम महंगी है ये मैं नहीं बोल रहा मेरे को 2-3 हज़ार मरीज का रिकॉर्ड है बकायदा महकमे जाओ CCRYN महकमे का नाम है सेंट्रल काउंसिल फॉर रिसर्च इन नेचुरोपैथी मैं उसका मैंबर है मेरिया दो रिसर्चा वर्ल्ड लैवल से पास हो गई शूगर साह दवा एलर्जी हूँ मैं कोले कम ज्यादा कैंसर आए गुर्दे फेल आए हार्ट आए इन्हों का कम ज्यादा आता गा तो 5 मरीजों के बाद मैं देखता नहीं पुराने मरीजों में भी फैल दी जाती है क्योंकि उन्होंने रिसर्चा के कोई रिकॉर्ड ना आ जाए जो कोई आ जाता बिना पूछते असं कहने भाई अज रात कट ला मंजा बेचा दे देंगे कल नू देखा वीरवार का दिन मेरा बंद होंगे गा बेसिकली मैं सू दसा मैं अंग्रेजी डॉक्टर है और शौक से कि कोई इस तरह की विद्या लभी जाए जिसे माड़ा नुकसान कोई ना हो पक्का इलाज हो जाए उसे मैं आपके शौक से दो खोजा महकमे को भेजिया से वो पास हो गई उन्होंने मेरा का पागल बंदा मिलना मुश्किल से उन्होंने सोचा एलोपैथी डॉक्टर है ऑपरेशन कर दिया सारी जवानी चेने अंग्रेजी की इन्हू शरीर की कट वढ़ दे पता हूँ यदा शौक है नेचुरोपैथी चेर लिया मैंने कहना तेन डायरेक्टर बना देना मैं मैं तो बड़ी मुश्किल कुर्सी छके और सोली गुलामी कितने करूँ कहते साड़ी मनपसंद हॉस्पिटल बना दे किसी मर्जी विषय से रिसर्च करी मदद असं करा मेरे अपनी परमात्मा दिता बहुत कुछ 9 किलों के हॉस्पिटल बनाया वो ही सारे यही इलाज चलते तो जिस मरीज के उत्ते भी कोई रिसर्च करनी है कैंसर की करनी है शूगर गुर्दे की करनी है हड्डी की करनी तो सारा मटीरियल गवर्नमेंट दे दी है रिसर्च मेरी है निचोड़ मोटी जी गल है कि अगर तुम साढ़े डॉक्टर तो बचना साड़िया दवाइया तो बचना दवाइया के माड़े असर तो बचना अद्धी जिंदगी डॉक्टर को उन्होंने बैठन दवाइया खाण च बतीत कर दे अद्धी जिंदगी आपके परिवार के कामों च लाओ तो उस बचने का एक ही हल है 5 चीजा खा लो तो 5 छक लो बार बार 5 वाले की गल चलती है उन्होंने सुधारो जी गल बन गई वह इलाज वखरा वखरा और कोई सवाल
ਕੁੜਦੀ ਹੈ ਜੀ, ਕੁਰਕਰੀ ਹੁੰਦੀ ਹੈ, ਕਈਆਂ ਦੀ ਰੋਟੀ ਅੜਕਦੀ ਹੈ ਜੀ, ਸਾਡੀ ਆਵਾਜ਼ ਨਹੀਂ ਸਾਫ਼, ਸੱਚੀ ਗਾਉਣਾ ਵੀ ਹੈ ਪਰ ਸਾਡਾ ਰਿਆਜ਼ ਨਹੀਂ ਨਿਕਲਦਾ, ਠੀਕ। ਤੇ ਬੋਲਣ ਵਾਲਾ ਜੰਤਰ ਜੀਵ ਹੁੰਦੀ ਹੈ, ਜੀਵ ਦੇ ਜਿਹੜੇ 'ਚ ਇੱਕ ਹੋਰ ਸੰਤ ਹੁੰਦਾ ਲੇਰਿੰਗਸ, ਉਹ ਗਲ 'ਚ ਹੀ ਹੁੰਦਾ, ਗਲ ਦੇ ਵਿੱਚ ਸੱਤ ਜੰਕਸ਼ਨ ਹੁੰਦੇ ਨੇ, ਸੱਤ ਸ਼ਰਕਾਂ ਗਲ ਦੇ ਵਿੱਚ ਮਿਲਦੀਆਂ ਹੁੰਦੀਆਂ ਨੇ। ਅੱਖਾਂ ਵਾਲੀ ਨਾੜ ਵੀ ਨੱਕ ਦੇ ਵਿੱਚ ਦੀ ਹੁੰਦੀ ਹੋਈ ਗਲ 'ਚ ਜਾ ਕੇ ਖੁੱਲਦੀ ਹੈ। ਜਿਉਂਦਾ ਰਹਿਣ ਵਾਸਤੇ ਨੱਕ ਨੇ, ਰੱਬ ਨੇ ਨੱਕ ਦਿੱਤਾ, ਸਾਹ ਲੈਣ ਵਾਸਤੇ ਦੋਨੇ ਨੱਕ ਦੀਆਂ ਗਲੀਆਂ ਗਲ 'ਚ ਖੁੱਲਦੀਆਂ। ਬੋਲਣ ਵਾਸਤੇ ਰੱਬ ਨੇ ਜੀਭ ਲਾਈ ਹੈ ਅਤੇ ਜੀਭ ਸ਼ੁਰੂ ਗਲ 'ਚੋਂ ਹੁੰਦੀ ਹੈ। ਸਾਹ ਲੈਣ ਵਾਸਤੇ ਰੱਬ ਨੇ ਫੇਫੜੇ ਬਣਾਏ ਅਤੇ ਸਾਹ ਦੀਆਂ ਨਾੜੀਆਂ ਗਲ 'ਚੋਂ ਹੀ ਸ਼ੁਰੂ ਹੁੰਦੀਆਂ। ਜੋ ਵੀ ਚੀਜ਼ ਖਾਣੀ ਹੈ, ਗੰਦੀ ਖਾਣੀ ਹੈ, ਮਾੜੀ ਖਾਣੀ ਹੈ, ਉਹ ਗਲ 'ਚੋਂ ਹੀ ਸ਼ੁਰੂ ਹੁੰਦੀ ਹੈ। ਕੰਨਾਂ ਦੀ ਆਵਾਜ਼ ਨਹੀਂ ਸੁਣਦਾ, ਕੰਨਾਂ ਦੀਆਂ ਗਲੀਆਂ ਵੀ ਗਲ 'ਚ ਖੁੱਲਦੀਆਂ, ਬੋਲਣ ਵਾਲਾ ਜੰਤਰ ਵੀ ਗਲ 'ਚ ਹੈ। ਤਾਂ ਗਲ ਇੱਕ ਬਹੁਤ ਵੱਡਾ ਜੰਕਸ਼ਨ ਹੈ ਜਿੱਥੇ ਸਾਰੀਆਂ ਸਰੀਰ ਦੀਆਂ ਸੜਕਾਂ ਮਿਲਦੀਆਂ ਨੇ। ਪੁਰਾਣੇ ਜ਼ਮਾਨੇ 'ਚ ਬੰਦੇ ਨੂੰ ਮੌਤ ਇਸੇ ਕਰਕੇ ਦਿੱਤੀ ਜਾਂਦੀ ਸੀ, ਫਾਂਸੀ ਦੇ ਕੇ ਕਿਤੇ ਸੱਤੇ ਰਸਤੇ ਬੰਦ ਕਰ ਦਿਓ, ਸਮਝ ਆ ਗਈ। ਤਾਂ ਇਸ ਰਸਤੇ ਨੂੰ ਸਾਫ਼ ਰੱਖਣਾ ਹੈ। ਸਭ ਤੋਂ ਜ਼ਿਆਦਾ ਸਾਫ਼ ਤਾਂ ਇਹਦੀ ਖੁਰਾਕ ਲਹੂ ਰਾਹੀਂ ਮਿਲਣੀ ਹੈ। ਅਤੇ ਪਹਿਲੀ ਗੱਲ ਤਾਂ ਲਹੂ ਤਾਂ ਸਾਫ਼ ਬਣਾਓ, ਜਿਹੜੀਆਂ ਜਿਹੜਾ ਗੰਦ ਖਾਂਦੇ ਹਾਂ, ਗੰਦਾ ਖੂਨ ਗਲ 'ਚ ਪਾਈ ਚਲੋ, ਦੂਜੇ ਪਾਸੇ ਮੇਰੇ ਇਲਾਜ ਕਰਾਈ ਚਲੋ, ਕਿੱਥੋਂ ਹੋ ਜੂਗਾ ਸਾਫ਼? ਇੰਨੀ ਗੱਲ ਕਲੀਅਰ ਹੋ ਗਈ। ਹੁਣ ਮੇਰਾ ਗਲ ਵੀ ਖਰਾਬ ਹੈ, ਮੇਰੇ ਗਲ 'ਚ ਮਾਸ ਵੱਧ ਗਿਆ, ਟੌਂਸਲ ਹੈ, ਮੇਰੇ ਦੰਦਾਂ ਦੀਆਂ ਜਾੜਾਂ ਦੀ ਜ਼ਹਿਰ ਵੀ ਗਲ 'ਚ ਜਾਂਦੀ ਹੈ, ਨਜ਼ਲਾ ਜ਼ੁਕਾਮ ਛਿੱਕਾ ਉਹਦੇ ਵੀ ਵਿੱਚ ਜਾਂਦਾ, ਅਨੇਕਾਂ ਹੋਰ ਕਾਰਨ ਹੈ। ਤਾਂ ਸਾਫ਼ ਕਿਵੇਂ ਕਰਨਾ ਹੈ? ਸਫੈਦਿਆਂ ਦੇ ਪੱਤੇ ਲੈ ਲਓ, ਪਾਣੀ 'ਚ ਪਾਓ, ਉਬਾਲੋ, ਭਾਫ਼ ਬਣੋ ਕਿ ਨਹੀਂ ਬਣੋ, ਅਤੇ ਭਾਫ਼ ਤੁਹਾਨੂੰ ਪਤਾ 100 ਡਿਗਰੀ ਸੈਂਟੀਗ੍ਰੇਡ 'ਤੇ ਪਾਣੀ ਉਬਲੂ ਤਾਂ ਬਣਦਾ ਹੁੰਦਾ, ਉਸ ਭਾਫ਼ ਦੇ ਉੱਤੇ ਮੂੰਹ ਕਰ ਲਵੋ ਅਤੇ ਮੂੰਹ ਖੋਲ੍ਹ ਕੇ 5 ਮਿੰਟ ਸਾਹ ਲਵੋ, ਮੂੰਹ ਖੋਲ੍ਹ ਕੇ ਅਤੇ ਮੂੰਹ ਬੰਦ ਕਰਕੇ ਸਾਹ ਕੱਢ ਦਿਓ ਇਸ ਤਰ੍ਹਾਂ, ਮੂੰਹ ਖੋਲ੍ਹ ਕੇ ਸਾਹ ਲਿਆ ਅਤੇ ਮੂੰਹ ਬੰਦ ਕਰਕੇ ਕੱਢਦਾ, ਫਿਰ ਮੂੰਹ ਬੰਦ ਕਰਕੇ ਨੱਕ ਰਾਹੀਂ ਸਾਹ ਲਵੋ। ਹੁਣ ਨੱਕ ਦੀ ਆਵਾਜ਼ ਨਹੀਂ ਸੁਣਨੀ, ਅਤੇ ਮੂੰਹ ਖੋਲ੍ਹ ਕੇ 10 ਮਿੰਟ ਦਾ ਇਹ ਅਭਿਆਸ ਹੈ। 5 ਮਿੰਟ ਮੂੰਹ ਰਾਹੀਂ ਸਾਹ ਖਿੱਚਿਆ, ਨੱਕ ਰਾਹੀਂ ਕੱਢਿਆ, ਅਤੇ 5 ਮਿੰਟ ਨੱਕ ਰਾਹੀਂ ਲਿਆ, ਮੂੰਹ ਰਾਹੀਂ ਕੱਢਿਆ। ਜਿਹੜੀ ਇਹ ਭਾਫ਼ ਹੈ 90 ਡਿਗਰੀ ਸੈਂਟੀਗ੍ਰੇਡ ਦੀ, ਜਦੋਂ ਇਹ ਮੂੰਹ 'ਚ ਲੱਗੂ ਤਾਂ ਮੂੰਹ ਦੇ ਵਿੱਚ ਜਿੰਨੀ ਵੀ ਗੰਦਗੀ ਹੈ ਜਾਂ ਬੈਕਟੀਰੀਆ ਹੈ, ਵਾਇਰਸ ਹੈ, ਜਿਹਨੂੰ ਅਸੀਂ ਕਹਿੰਦੇ ਇਨਫੈਕਸ਼ਨ ਹੋ ਗਈ, ਉਹ ਇੰਨੇ ਤਾਪਮਾਨ 'ਤੇ ਜਿਉਂਦੇ ਰੂਹ ਮਰੋ, ਤਾਂ ਦਵਾਈ ਨਾਲ ਉਹ ਜ਼ਹਿਰ ਨੂੰ ਮਾਰਨਾ ਜਾਂ ਪਰਮਾਤਮਾ ਨੇ ਦਿੱਤੇ ਹੋਏ ਪਵਨ ਰੂਪੇ ਪਾਣੀ ਨੂੰ ਭਾਫ਼ ਬਣਾ ਕੇ ਵਰਤ ਲਿਆ, ਕਿਹਦੇ ਕੋਲ ਇਲਾਜ ਇਹ ਆਪਾਂ ਵਰਤਣਾ ਨਹੀਂ? ਫਿਰ ਉਸ ਭਾਫ਼ ਨਾਲ ਗਲ ਦੇ ਵਿੱਚ ਜੋ ਕੁਛ ਵੀ ਜੰਮਿਆ ਪਿਆ ਹੈ, ਤਾਂ ਜਿੰਨਾ ਵੀ ਕੁਛ ਗਲ 'ਚ ਜੰਮਿਆ ਹੋਇਆ ਉਹ ਪਿਘਲੂ ਕਿ ਨਹੀਂ ਪਿਘਲੂ? ਉਹ ਪਿਘਲ ਗਿਆ ਪਤਲਾ ਹੋ ਗਿਆ, ਥੁੱਕ ਕੇ ਬਾਹਰ ਕੱਢ ਦਿਓ। ਅਤੇ ਅਸੀਂ ਦਵਾਈਆਂ ਡਾਕਟਰ ਕੋਲ ਜਾਂਦੇ, ਲੱਖਣ ਤਾਂ ਮੈਂ ਦਿੱਤੀ ਆ, ਜਵਾਨੀ ਦਵਾਈ ਲੈ ਤੈਨੂੰ ਮਜਾ ਲਾ, ਗਲ 'ਚ ਖੁਰ ਖੁਰ ਆ ਲੈ ਲਾ, ਚੂਸ ਲਾ, ਪਿੱਛੇ ਦੱਬ ਦਿੰਦੇ ਗੰਦ ਨੂੰ, ਇਹ ਦੋ ਟਾਈਮ ਕਰ ਲਓ, ਕਿਲੋ ਪਾਣੀ 10 ਗ੍ਰਾਮ ਲੂਣ ਪਾਵੋ, ਅੱਧਾ ਕਿਲੋ 5 ਗ੍ਰਾਮ ਪਾ ਲਓ, ਰੇਸ਼ੋ ਇਹੀ ਹੋਣੀ ਚਾਹੀਦੀ ਹੈ, ਉਹਦੇ ਗਰਾਰੇ ਕਰ ਲਓ, 13 ਗਰਾਰੇ ਕਰ ਲਓ, ਘੁੱਟ ਭੁਰੀ ਕਰਨ ਕੀਤਾ ਡੋਲ ਦਿਓ, ਲੈ ਤੁਹਾਡਾ ਗਲ ਸਾਫ਼ ਹੋ ਗਿਆ। ਪਰ ਗੰਦਾ ਖੂਨ ਜਿਹੜਾ ਹੈ ਸਾਫ਼ ਕਰਕੇ, ਸਾਫ਼ ਖੂਨ ਤਾਂ ਮੂੰਹ ਰਾਹੀਂ ਬਣਾਓ ਨਾ, ਗੰਦ ਤਾਂ ਖਾਣਾ ਨਹੀਂ ਕੱਢਣਾ, ਕੀ ਕਰਾਂਗੇ ਸਫਾਈਆਂ? ਕਲੀਅਰ ਹੋ ਗਈ? ਅਤੇ ਇਸ ਤਰ੍ਹਾਂ ਸਾਰਿਆਂ ਨੂੰ ਕਰ ਲੈਣਾ ਚਾਹੀਦਾ, ਚਾਹੇ ਕਿਸੇ ਦਾ ਗਲ ਖਰਾਬ ਹੈ ਚਾਹੇ ਨਹੀਂ ਖਰਾਬ, ਰੋਜ਼ ਮੂੰਹ ਦੀ ਸਫਾਈ ਕਰਕੇ ਪਵੋ, ਤਾਂ ਕਿ ਜਿਹੜੇ 7 ਰਸਤੇ ਪਰਮਾਤਮਾ ਨੇ ਬਣਾਏ ਹੈ ਉਹ ਸ਼ੁੱਧ ਰਹਿਣ। ਕਈਆਂ ਦੇ ਰਸਤੇ ਬੰਦਾ ਰਾਤ ਨੂੰ ਉੱਚੀ ਉੱਚੀ ਘਰਾਣੇ ਮਾਰਦੇ ਹੈ, ਅਨੇਕਾਂ ਬਿਮਾਰੀਆਂ ਲੰਬਾ ਲੈ ਕੇ, ਇਸ ਕਰਕੇ ਆਪਦਾ ਲਾਈਫ ਸਟਾਈਲ ਬਦਲੋ। ਜ਼ਿੰਦਗੀ ਨੂੰ ਜਿਉਣ ਵਾਸਤੇ ਰੱਬ ਨੇ ਹਵਾ ਦਿੱਤੀ ਹੈ, ਅਤੇ ਭੋਜਨ ਜਿਹੜਾ ਹੁੰਦਾ
वो धरती माता ने देना है। धरती माता का भोजन अपने सपूतों ने थोड़े अर्गे नहीं पैदा करके साढ़े अर्गे कुर्सी वाले पले पाना है। ये वास्ते दिन रात आपके बच्चों छड़ के इतने आए हो, वो आपके वास्ते घट साढ़े वास्ते ज्यादा आ रहे हो। भोजन हर एक ने खाना है, भोजन धरती चो पैदा होना है और धरती में पैदा थोड़े अर्गे सपूतों ने देना है। जिसे वास्ते दिन रात घर छड़ के तुम इतने बैठे हो। अपना फर्ज है धरती माता की रक्षा करनी, अनाज घट्टो घट आपके वास्ते तो घट्टो घट ऑरगेनिक उगा लो, दवाइया रीमत तो पचो। बाकी जिन्ना के दसिया अगर सानू ये चंगा लगता तो घट्टो घट आपके घर के लागू कर दो। अगर थोड़ा प्रभाव ज्यादा तो आप ग्यारह मित्र करके रसोई सुधार लो। जो हो जाए ठीक रसोई तो बीमार ना हो। बस एक नारा याद करके जिथे सारे सारे हिंदुस्तानियों वास्ते लड़ते हो उत्थे आपके घर की रसोई में सुधार लो। ओके जी, बहुत बहुत।